ਅੱਜ ਤੁਹਾਨੂੰ ਸੈਰ ਕਰਵਾਵਾਂਗੇ ਮੇਰੇ ਪਿੰਡ ਸ਼ਹੀਦ ਅਕਾਲੀ ਫੂਲਾ ਸਿੰਘ ਜੀ ਦਾ ਜਨਮ ਸਥਾਨ ਪਿੰਡ ਦੇਲਾ ਸਿੰਘਾ, ਅਤੇ ਜੋ ਕਿ ਪਿੰਡ ਸੰਗਰੂਰ ਜ਼ਿਲ੍ਹੇ ਦਾ ਇੱਕ ਛੋਟਾ ਜਿਹਾ ਪਿੰਡ ਹੈ ਅਤੇ ਥੋੜ੍ਹੀ ਜਿਹੀ ਬੋਟ ਹੈ, ਅਤੇ ਇਤਿਹਾਸਿਕ ਜਗ੍ਹਾ ਤੁਹਾਨੂੰ ਦੇਖਣ ਨੂੰ ਮਿਲਣਗੇ ਇੱਥੇ ਪਿੰਡ ਦੇ ਵਿੱਚ, ਅਤੇ ਪਿੰਡ ਦੇ ਲੋਕਾਂ ਦਾ ਆਪਸੀ ਮਿਲਵਰਤਨ ਅਤੇ ਸਾਰੇ ਇਤਿਹਾਸਿਕ ਜਗ੍ਹਾ ਨਾਲ ਸਾਂਝ, ਅਤੇ ਲੋਕਾਂ ਦਾ ਸੱਥਾਂ ਵਿੱਚ ਬੈਠ ਕੇ ਇਕੱਠੇ ਗੱਲਾਂ ਬਾਤਾਂ, ਤਾਸ਼ ਖੇਡਣਾ, ਦੇਖੋ ਪੁਰਾਣੇ ਸਮਿਆਂ ਵਾਂਗ, ਅਤੇ ਪਿੰਡ ਦੇਲਾ ਸਿੰਘਾ ਲਹਿਰਾ ਅਤੇ ਮੂਨਕ ਦੇ ਵਿਚਾਲੇ ਪੈਂਦਾ ਹੈ ਪਿੰਡ, ਅਤੇ ਪਿੰਡ ਦੀਆਂ ਗਲੀਆਂ ਤੁਸੀਂ ਦੇਖ ਸਕਦੇ ਹੋ ਕਿੰਨੀਆਂ ਸੋਹਣੀਆਂ ਗਲੀਆਂ ਨੇ ਬਣੀਆਂ ਹੋਈਆਂ, ਅਤੇ ਮੇਰਾ ਪਿੰਡ ਮੇਰੀ ਸ਼ਾਨ ਦੇਲਾ ਸਿੰਘਾ। ਆ ਜਾਓ ਕਰਦੇ ਹਾਂ ਪਿੰਡ ਦੀ ਸੈਰ ਅਤੇ ਦਿਖਾਉਂਦੇ ਹਾਂ ਤੁਹਾਨੂੰ ਵਧੀਆ ਵਧੀਆ ਜਗ੍ਹਾ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ, ਆਸ ਕਰਦਾ ਸਾਰੇ ਠੀਕ ਠਾਕ ਹੋਵੋਗੇ। ਇੱਕ ਨਵੀਂ ਵੀਡੀਓ ਦੇ ਨਾਲ ਤੁਹਾਡਾ ਸਵਾਗਤ ਹੈ ਜੀ, ਅਤੇ ਅੱਜ ਦੀ ਵੀਡੀਓ 'ਚ ਆਪਾਂ ਤੁਹਾਨੂੰ ਕਰਾਵਾਂਗੇ ਮੇਰੇ ਪਿੰਡ ਦੀ ਸੈਰ, ਅਤੇ ਸਾਰਾ ਪਿੰਡ ਘੁੰਮਾਂਗੇ ਆਪਾਂ, ਅਤੇ ਪਿੰਡ 'ਚ ਕੀ ਪੁਰਾਣੀਆਂ ਜਗ੍ਹਾ ਨੇ ਉਹ ਵੀ ਤੁਹਾਨੂੰ ਦਿਖਾਵਾਂਗੇ, ਅਤੇ ਆ ਜਾਓ ਕਰਦੇ ਹਾਂ ਵੀਡੀਓ ਦੀ ਸਟਾਰਟਿੰਗ ਆਪਾਂ, ਅਤੇ ਚੱਲਦੇ ਹਾਂ ਮੇਰੇ ਪਿੰਡ। A few moments later. ਲਓ ਜੀ, ਸਭ ਤੋਂ ਪਹਿਲਾਂ ਪਿੰਡ ਦੀ ਜਗ੍ਹਾ ਗੁਰੂ ਘਰ ਪਹੁੰਚੇ ਆਪਾਂ, ਪਿੰਡ ਦੇਲਾ ਸਿੰਘਾ ਜ਼ਿਲ੍ਹਾ ਸੰਗਰੂਰ, ਅਤੇ ਸ਼ਹੀਦ ਬਾਬਾ ਅਕਾਲੀ ਫੂਲਾ ਸਿੰਘ ਜੀ ਦਾ ਜਨਮ ਸਥਾਨ ਗੁਰੂ ਘਰ। ਆਹ ਦੇਖੋ ਮੇਰਾ ਪਿੰਡ ਮੇਰੀ ਸ਼ਾਨ, ਅਤੇ ਤੁਹਾਨੂੰ ਹੁਣ ਗੁਰੂ ਘਰ ਬਾਰੇ ਵੀ ਦੱਸਾਂਗੇ ਆਪਾਂ, ਹੈ ਨਾ, ਅਤੇ ਕੀ ਇਹਦਾ ਇਤਿਹਾਸ ਹੈ। ਅਤੇ ਆ ਜਾਓ ਮੇਰੇ ਪਿਛਲੀ ਸਾਈਡ ਆ ਗਈ ਬਾਰਾਂਦਰੀ, ਅਤੇ ਇੱਧਰ ਸਾਹਮਣੇ ਹੀ ਸਾਈਡ ਆ ਗਿਆ, ਮਤਲਬ ਵੀ ਡਿਊਟੀ ਆ ਗਈ ਆਪਣੀ, ਜਿਹੜਾ ਦਰਬਾਰ ਸਾਹਿਬ ਆ ਗਿਆ। ਅਤੇ ਆਪਾਂ ਪਹਿਲਾਂ ਬਾਰਾਂਦਰੀ ਚੱਲਦੇ ਹਾਂ, ਅਤੇ ਤੁਹਾਨੂੰ ਬਾਰਾਂਦਰੀ ਦਾ ਇਤਿਹਾਸ ਦੱਸਦੇ ਹਾਂ। ਆ ਜਾਓ ਲਓ ਜੀ, ਆਪਾਂ ਪਹੁੰਚ ਗਿਆ ਬਾਰਾਂਦਰੀ, ਅਤੇ ਬਾਰਾਂਦਰੀ ਦਾ ਇਤਿਹਾਸ ਦੱਸਦੇ ਹਾਂ ਤੁਹਾਨੂੰ। ਬਾਰਾਂਦਰੀ ਦਾ ਇਤਿਹਾਸ, ਸ਼ਹੀਦ ਬਾਬਾ ਅਕਾਲੀ ਫੂਲਾ ਦਾ ਜਨਮ ਜਿਹੜਾ ਦੇਲਾ ਸਿੰਘਾਂ ਵਿਖੇ ਹੋਇਆ ਸੀ 1761 ਈਸਵੀ ਵਿੱਚ, ਅਤੇ ਪਿਤਾ ਇਸ਼ਰ ਸਿੰਘ ਅਤੇ ਮਾਤਾ ਹਰਕੌਰ ਜੀ ਕੁੱਖੋਂ ਹੋਇਆ ਸੀ। ਅਤੇ ਛੋਟੀ ਉਮਰ ਦੇ ਵਿੱਚ ਬਾਬਾ ਜੀ ਦੇ ਜਿਹੜੇ ਪਿਤਾ ਜੀ ਨੇ ਉਹ ਅਕਾਲ ਚਲਾਣਾ ਕਰ ਗਏ ਸੀ, ਅਤੇ ਉਸ ਤੋਂ ਬਾਅਦ ਜਿਹੜੀ ਪਰਵਰਿਸ਼ ਹੋਈ ਸੀ ਕਿਸੇ ਮਤਲਬ ਕਿ ਨਰੈਣ ਸਿੰਘ ਦੇ ਮਤਲਬ ਦੇਖ ਰੇਖ ਦੇ ਵਿੱਚ ਹੋਈ ਸੀ। ਅਤੇ ਜਿਹੜਾ ਮਹਾਰਾਜਾ ਰਣਜੀਤ ਸਿੰਘ ਸੀ, ਅਤੇ ਉਹਨੇ ਇੱਕ ਗਲਤੀ ਕੀਤੀ ਸੀ, ਅਤੇ ਉਹਨੂੰ ਕੌੜਿਆਂ ਦੀ ਸਜ਼ਾ ਜਿਹੜਾ ਬਾਬਾ ਜੀ ਨੇ ਸੁਣਾਈ ਸੀ, ਤੋ ਜੋ ਬਾਬਾ ਜੀ ਦੀ ਬਹਾਦਰੀ ਦਾ ਇੱਕ ਮਤਲਬ ਮਿਸਾਲ ਕਾਇਮ ਕਰਦੀ ਆ, ਹੈ ਨਾ। ਅਤੇ ਬਾਰਾਂਦਰੀ 'ਤੇ ਪੁਰਾਣਾ ਖੂਹ ਵੀ ਹੈ, ਤੁਹਾਨੂੰ ਉਹ ਖੂਹ ਵੀ ਦਿਖਾਉਂਦੇ ਹਾਂ। ਆ ਜਾਓ ਅਤੇ ਪੁਰਾਤਨ ਖੂਹ ਦਿਖਾਉਂਦੇ ਹਾਂ ਤੁਹਾਨੂੰ। ਲਓ ਜੀ, ਇਹ ਆ ਗਿਆ ਪੁਰਾਤਨ ਖੂਹ, ਮਤਲਬ ਇਤਿਹਾਸਿਕ ਖੂਹ ਹੈ ਇਹ, ਬਹੁਤ ਪੁਰਾਣਾ ਹੈ, ਬਾਬਾ ਜੀ ਟਾਈਮ ਦਾ ਖੂਹ ਹੈ ਇਹ। ਹਾਂ, ਤੁਹਾਨੂੰ ਦਿਖਾਉਂਦੇ ਹਾਂ ਖੂਹ ਦਾ ਦ੍ਰਿਸ਼। ਵੈਸੇ ਦੇ ਵਿੱਚ ਹੁਣ ਪਾਣੀ ਘੱਟ ਹੈ, ਅਤੇ ਮਤਲਬ ਵਰਤੋਂ 'ਚ ਘੱਟ ਆਉਂਦਾ, ਪਰ ਇਹ ਇੱਕ ਪੁਰਾਣੀ ਇੱਕ ਤਰ੍ਹਾਂ ਦਾ ਇਤਿਹਾਸਿਕ ਯਾਦ ਬਣਾਈ ਹੋਈ ਹੈ, ਸਾਂਭ ਕੇ ਰੱਖੀ ਹੋਈ ਹੈ। ਅਤੇ ਬਾਕੀ ਹੋਰ ਵੀ ਤੁਹਾਨੂੰ ਇਤਿਹਾਸਿਕ ਚੀਜ਼ਾਂ ਦਿਖਾਉਂਦੇ ਗੁਰੂ ਘਰ ਦੀਆਂ, ਹੈ ਨਾ। ਅਤੇ ਹੁਣ ਚੱਲਦੇ ਹਾਂ ਆਪਾਂ ਦਰਬਾਰ ਸਾਹਿਬ, ਅਤੇ ਜਿਹੜੀ ਦਰਸ਼ਨੀ ਟੁੱਡੀ ਹੈ ਉਹ ਵੀ ਤੁਹਾਨੂੰ ਦਿਖਾਵਾਂਗੇ। ਅਤੇ ਆਹ ਮੇਰੇ ਪਿੱਛੇ ਦੇਖ ਸਕਦੇ ਹੋ ਤੁਸੀਂ, ਹੈ ਨਾ, ਦਰਸ਼ਨੀ ਟੁੱਡੀ ਆ ਗਈ, ਹੈ ਨਾ, ਅਤੇ ਉਸ ਤੋਂ ਅੱਗੇ ਆ ਗਿਆ ਦਰਬਾਰ ਸਾਹਿਬ, ਅਤੇ ਆਪਾਂ ਅੰਦਰ ਚੱਲਦੇ ਹਾਂ, ਤੁਹਾਨੂੰ ਵੀ ਕਰਵਾਉਂਦੇ ਹਾਂ ਦਰਸ਼ਨ ਆਪਾਂ। ਲਓ ਜੀ, ਅਤੇ ਆਪਾਂ ਪਹੁੰਚ ਗਏ ਦਰਬਾਰ ਸਾਹਿਬ, ਅਤੇ ਮੇਰੇ ਪਿੱਛੇ ਹੈਗੇ ਦਰਬਾਰ ਸਾਹਿਬ, ਅਤੇ ਆਪਾਂ ਟੇਕਦੇ ਹਾਂ ਪਹਿਲਾਂ ਮੱਥਾ, ਅਤੇ ਫਿਰ ਤੁਹਾਨੂੰ ਦੱਸਦੇ ਹਾਂ ਇਤਿਹਾਸ ਬਾਰੇ ਵੀ। ਆ ਜਾਓ।
ਪਹਿਲੀ ਸਾਈਡ ਆ ਗਿਆ ਨਿਸ਼ਾਨ ਸਾਹਿਬ, ਆਹ ਦੇਖੋ। ਅਤੇ ਇਹ ਗੁਰੂ ਘਰ ਦਾ ਆ ਗਿਆ ਜੀ ਦਰਬਾਰ ਸਾਹਿਬ, ਅਤੇ ਮੱਥਾ ਆਪਾਂ ਨੇ ਟੇਕ ਲਿਆ। ਅਤੇ ਕਿੰਨਾ ਸੋਹਣਾ ਦਰਬਾਰ ਸਾਹਿਬ ਬਣਾਇਆ ਹੋਇਆ ਦੇਖੋ ਜੀ। ਅਤੇ ਪੱਖੇ ਲੱਗੇ ਹੋਏ ਨੇ ਗਰਮੀਆਂ ਦੇ ਵਿੱਚ, ਹਵਾ ਦੇ ਲਈ ਏਸੀ ਵੀ ਲੱਗੇ ਹੋਏ ਨੇ ਹੈ ਨਾ, ਅਤੇ ਸੀਸੀਟੀਵੀ ਕੈਮਰੇ ਵਗੈਰਾ ਸਭ ਕੁਛ ਲੱਗਿਆ ਹੋਇਆ ਹੈ। ਅਤੇ ਕਿੰਨੇ ਸੋਹਣੇ ਤਰੀਕੇ ਨਾਲ ਇਹ ਦਰਬਾਰ ਸਾਹਿਬ ਬਣਾਇਆ ਹੋਇਆ। ਲਓ, ਅਤੇ ਮੇਰੇ ਪਿੱਛੇ ਆ ਗਿਆ ਇੱਧਰ ਲੰਗਰ ਜਿੱਥੇ ਤਿਆਰ ਹੁੰਦਾ ਹੈ ਨਾ ਪ੍ਰਸ਼ਾਦਾ, ਅਤੇ ਆ ਜਾਓ ਤੁਹਾਨੂੰ ਉਹ ਵੀ ਦਿਖਾਉਂਦੇ ਹਾਂ। ਆਹ ਦੇਖੋ ਸਾਹਮਣੇ ਲੱਕੜ ਲੁੱਕੜਾਂ ਦਾ ਪੂਰਾ ਸਟੋਕ ਰੱਖਿਆ ਹੋਇਆ ਹੈ ਨਾ ਗੁਰੂ ਘਰ ਨੇ, ਮਤਲਬ ਸਾਰੀ ਸੇਵਾ ਇੱਥੇ ਲੋਕ ਕਰਦੇ ਨੇ ਹੈ ਨਾ, ਅਤੇ ਦਾਨ ਪੁੰਨ ਵੀ ਸਾਰਾ ਕਰਦੇ ਨੇ, ਅਤੇ ਬਹੁਤ ਸ਼ਰਧਾ ਗੁਰੂ ਘਰ ਦੀ ਸਾਡੇ ਪਿੰਡ ਦੀ, ਪਿੰਡ ਦੇਲਾ ਸੀਆਂ ਦੀ ਹੈ ਨਾ। ਅਤੇ ਇੱਥੇ ਦੇਖੋ ਆਹ ਸਾਹਮਣੇ ਭੱਠੀਆਂ ਲੱਗੀਆਂ ਹੋਈਆਂ ਨਾ, ਇੱਥੇ ਲੰਗਰ ਤਿਆਰ ਹੁੰਦਾ, ਕੋਈ ਪ੍ਰੋਗਰਾਮ ਹੁੰਦਾ ਹੈ ਨਾ, ਜੋੜ ਮੇਲਾ ਆਉਂਦਾ ਜਦੋਂ ਵੀ, ਅਤੇ ਸਾਰੇ ਪ੍ਰਸ਼ਾਦੇ ਵਗੈਰਾ ਤਿਆਰ ਹੁੰਦੇ ਨੇ। ਮੇਰੇ ਪਿੱਛੇ ਆ ਗਿਆ ਜੀ ਲੰਗਰ ਹਾਲ ਗੁਰੂ ਘਰ ਦਾ, ਕਿੰਨਾ ਸੋਹਣਾ ਤਰੀਕੇ ਨਾਲ ਤਿਆਰ ਕੀਤਾ ਹੋਇਆ ਲੰਗਰ ਹਾਲ ਹੈ, ਅਤੇ ਜਦੋਂ ਕੋਈ ਪ੍ਰੋਗਰਾਮ ਹੁੰਦਾ ਤਾਂ ਸੰਗਤਾਂ ਇੱਥੇ ਬਹਿ ਕੇ ਲੰਗਰ ਛਕਦੀਆਂ ਨੇ, ਅਤੇ ਪੂਰਾ ਖੁੱਲ੍ਹਾ ਲੰਗਰ ਹਾਲ ਬਣਿਆ ਹੋਇਆ। ਆਹ ਦੇਖੋ ਸਾਹਮਣੇ, ਅਤੇ ਹੁਣ ਆਪਾਂ ਅੰਦਰੋਂ ਆ ਗਏ ਬਾਹਰ, ਅਤੇ ਮੇਰੇ ਬੈਕ ਸਾਈਡ ਆ ਗਈ ਬਾਬਾ ਜੀ ਦਾ ਸਟੈਚੂ ਹੈ ਨਾ, ਸ਼ਹੀਦ ਬਾਬਾ ਅਕਾਲੀ ਫੂਲਾ ਸਿੰਘ ਜੀ ਦਾ, ਅਤੇ ਉਹ ਵੀ ਤੁਹਾਨੂੰ ਦਿਖਾਉਂਦੇ ਆ ਜਾਓ। ਇਲਾਕੇ ਦੀਆਂ ਦੂਰੋਂ ਦੂਰੋਂ ਸੰਗਤਾਂ ਜਿਹੜੀਆਂ ਉਹ ਇੱਥੇ ਆਉਂਦੀਆਂ ਨੇ, ਅਤੇ ਜਿਹੜਾ ਜੁੜ ਮੇਲਾ ਸ਼ਹੀਦੀ ਜੁੜ ਮੇਲਾ ਉਹ ਬਹੁਤ ਧੂਮਧਾਮ ਨਾਲ ਮਨਾਇਆ ਜਾਂਦਾ। ਅਤੇ ਗੁਰੂ ਘਰ ਬਾਰੇ ਤੁਹਾਨੂੰ ਦੱਸਤਾ ਆਪਾਂ ਨੇ ਗੁਰੂ ਘਰ ਦਾ ਇਤਿਹਾਸ, ਅਤੇ ਹੁਣ ਪਿੰਡ 'ਚ ਚੱਲਦੇ ਹਾਂ ਆਪਾਂ, ਅਤੇ ਪਿੰਡ ਦੀ ਕੋਈ ਹੋਰ ਖਾਸ ਜਗ੍ਹਾ ਤੁਹਾਨੂੰ ਦਿਖਾਉਂਦੇ ਹਾਂ, ਅਤੇ ਆ ਜਾਓ ਵੀਡੀਓ ਨਾਲ ਐਂਡ ਤੱਕ ਬਣੇ ਰਹੀਓ, ਤੁਹਾਨੂੰ ਸਾਰਾ ਪਿੰਡ ਘੁਮਾਵਾਂਗੇ ਅੱਜ ਆਪਾਂ, ਪਿੰਡ ਦੇਲਾ ਸੀਆਂ ਜ਼ਿਲ੍ਹਾ ਸੰਗਰੂਰ। ਲਓ ਜੀ, ਗੁਰੂ ਘਰ ਤੋਂ ਬਾਅਦ ਆਪਾਂ ਪਿੰਡ ਦੀ ਦੂਜੀ ਜਿਹੜੀ ਇਤਿਹਾਸਿਕ ਜਗ੍ਹਾ 'ਤੇ ਪਹੁੰਚ ਗਏ ਹਾਂ, ਅਤੇ ਮੇਰੇ ਪਿੱਛੇ ਇੱਧਰ ਹੈਗੀ ਨੇ ਸਮਾਧਾਂ। ਆਹ ਦੇਖੋ ਸਾਹਮਣੇ ਦਿਖਾ ਦੇ ਬਾਈ, ਅਤੇ ਸਮਾਧਾਂ ਦੇ ਵਿੱਚ ਇੱਥੇ ਵੀ ਜਿਹੜੀ ਦੂਜ ਹੈ ਬਹੁਤ ਧੂਮਧਾਮ ਨਾਲ ਇੱਕ ਸ਼ਰਧਾ ਨਾਲ ਪਿੰਡ ਵਾਸੀਆਂ ਵੱਲੋਂ ਮਨਾਈ ਜਾਂਦੀ ਹੈ, ਅਤੇ ਇੱਥੇ ਬਾਬਾ ਜੀ ਵੀ ਰਹਿੰਦੇ ਨੇ, ਅਤੇ ਅੱਜ ਤੁਹਾਨੂੰ ਅੰਦਰੋਂ ਸਮਾਧਾਂ ਦਿਖਾ ਦਿੰਦੇ ਇੱਕ ਵਾਰ ਆਪਾਂ। ਬਾਹਰਲੀ ਸਾਈਡ ਆ ਕੇ ਅਤੇ ਮੇਰੇ ਪਿੱਛੇ ਆ ਗਿਆ ਰਵਿਦਾਸ ਮੰਦਰ, ਪਿੰਡ ਦੇ ਵਿੱਚ ਇੱਕ ਰਵਿਦਾਸ ਮੰਦਰ ਵੀ ਹੈ, ਅਤੇ ਲੋਕਾਂ ਦੀ ਬਹੁਤ ਜ਼ਿਆਦਾ ਸ਼ਰਧਾ ਵੀ ਆ, ਸਾਹਮਣੇ ਦੇਖ ਸਕਦੇ ਹੋ। ਰਵਿਦਾਸ ਮੰਦਰ ਦੇ ਬਿਲਕੁਲ ਸਾਹਮਣੇ ਵਾਲੀ ਸਾਈਡ ਆ ਗਿਆ ਇੱਧਰ ਆਂਗਣਵਾੜੀ ਬੱਚਿਆਂ ਦੇ ਲਈ ਹੈ ਨਾ, ਛੋਟੇ ਬੱਚਿਆਂ ਦੇ ਲਈ ਇੱਥੇ ਪਿੰਡ ਦੇ ਵਿੱਚ ਆਂਗਣਵਾੜੀ ਵੀ ਬਣੀ ਹੋਈ ਹੈ, ਅਤੇ ਬੱਚਿਆਂ ਨੂੰ ਖਾਣਾ ਖੂਣਾ ਵੀ ਮਿਲਦਾ ਹੈ ਨਾ, ਅਤੇ ਸਾਰੀ ਸਹੂਲਤ ਹੈਗੀ ਹੈ, ਅਤੇ ਆਹ
ਸਾਹਮਣੇ ਆ ਗਈ ਆਂਗਣਵਾੜੀ ਪਿੰਡ ਦੇ ਵਿੱਚ ਬਾਹਰੋਂ ਬਾਹਰ ਫਿਰਨੀ 'ਤੇ ਆ ਕੇ ਆ ਗਈਆਂ ਮਾਤਾ ਰਾਣੀ ਆ ਦੇਖੋ ਲੋਕਾਂ ਦੀ ਸ਼ਰਧਾ ਮਾਤਾ ਰਾਣੀ 'ਤੇ ਵੀ ਬਹੁਤ ਹੈ ਦਿਵਾਲੀ ਟਾਈਮ ਲੋਕ ਇੱਥੇ ਮੱਥਾ ਟੇਕਣ ਆਉਂਦੇ ਨੇ ਅਤੇ ਆਹ ਸਾਹਮਣੇ ਦੇਖੋ ਮਾਤਾ ਰਾਣੀਆਂ ਬਣੀਆਂ ਹੋਈਆਂ ਨੇ ਪਿੰਡ 'ਚ ਅਤੇ ਹੁਣ ਪਿੰਡ ਦੀ ਕੋਈ ਇੱਕ ਹੋਰ ਜਗ੍ਹਾ 'ਤੇ ਲੈ ਕੇ ਆਇਆ ਮੇਰੇ ਪਿੱਛੇ ਹੈਗੀ ਪੰਜਾਬੀ ਯੂਨੀਵਰਸਿਟੀ ਅਕਾਲੀ ਫੂਲਾ ਸਿੰਘ ਨਹਿਰੂ ਕੈਂਪਸ ਮਤਲਬ ਕਿ ਇਹ ਇੱਥੇ ਸਟੂਡੈਂਟ ਵਗੈਰਾ ਆਉਂਦੇ ਨੇ ਪਿੰਡ ਦੇ ਸਟੂਡੈਂਟ ਵੀ ਆਉਂਦੇ ਨੇ ਅਤੇ ਬਾਹਰੋਂ ਲਵੇ ਲਵੇ ਇਲਾਕੇ ਤੋਂ ਵੀ ਜਿਹੜੇ ਸਟੂਡੈਂਟ ਇੱਥੇ ਪੜ੍ਹਨ ਲਈ ਆਉਂਦੇ ਨੇ ਜਿਵੇਂ ਕਿ PGDCA BA BCOM ਅਤੇ ਸਾਰੀ ਇੱਥੋਂ ਦੀ ਸਟੱਡੀ ਕਰਵਾਈ ਜਾਂਦੀ ਹੈ ਨਾ ਅਤੇ ਇਹ ਮਤਲਬ ਭੱਠਲ ਬੀਬੀ ਭੱਠਲ ਵੇਲੇ ਦੀ ਬਣੀ ਹੋਈ ਹੈ ਅਤੇ ਇਹਦੀ ਪਹਿਲਾਂ ਜਗ੍ਹਾ ਦੂਜੀ ਸਾਈਡ ਦੀ ਪਿੰਡ 'ਤੇ ਅਤੇ ਹੁਣ ਜਿਹੜਾ ਇੱਥੇ ਮਤਲਬ ਸ਼ਿਫਟ ਕਰਤੀ ਇਹ ਅਤੇ ਆ ਜਾਓ ਤੁਹਾਨੂੰ ਅੰਦਰੋਂ ਦਿਖਾਉਂਦੇ ਹਾਂ ਆਹ ਦੇਖੋ ਇੱਥੇ ਯੋਗਤਾ ਪਲੱਸ ਟੂ ਕੋਰਸ BA BCA ਡਿਪਲੋਮਾ DCA ਚੈਨਲ CCA ਸਾਰਾ ਕੁਛ ਹੁੰਦਾ ਇੱਥੇ ਅਤੇ ਆ ਜਾਓ ਅੰਦਰ ਚੱਲਦੇ ਅਤੇ ਆਹ ਦੇਖੋ ਅੰਦਰਲੀ ਸਾਈਡ ਤੁਹਾਨੂੰ ਦਿਖਾ ਦਿੰਦੇ ਹਾਂ ਸਾਰਾ ਸਿਸਟਮ ਇੱਥੋਂ ਦਾ ਹੈ ਨਾ ਅਤੇ ਆਹ ਦੁੱਬ ਵਗੈਰਾ ਵੀ ਲਾਈ ਹੋਈ ਹੈ ਬੈਠਣ ਦੇ ਲਈ ਇੱਥੇ ਸਾਹਮਣੇ ਅਤੇ ਇੱਥੇ ਜਿਹੜਾ ਮਤਲਬ ਕਿ ਪਹਿਲਾਂ ਜਿਹੜੀ ਸ਼ਿਫਟਿੰਗ ਕੀਤੀ ਜਿਹੜੀ ਯੂਨੀਵਰਸਿਟੀ ਦੀ ਪਹਿਲਾਂ ਇੱਥੇ ਆਪਣਾ ਕਿ ਪੈਲਸ ਹੋਇਆ ਕਰਦਾ ਅਤੇ ਪੈਲਸ ਦੀ ਜਗ੍ਹਾ ਅਤੇ ਇਹਦੀ ਜਗ੍ਹਾ ਜਿਹੜੀ ਆਪਣੀ ਯੂਨੀਵਰਸਿਟੀ ਦੀ ਬਣਾ ਤੀ ਅਤੇ ਸਟੂਡੈਂਟ ਇੱਥੋਂ ਪਿੰਡ ਦੇ ਸਟੂਡੈਂਟ ਵੀ ਆਉਂਦੇ ਨੇ ਅਤੇ ਲਾਗੇ ਲਾਗੇ ਜਿਹੜੇ ਪਿੰਡ ਨੇ ਤਾਂ ਸਟੂਡੈਂਟ ਉੱਥੋਂ ਵੀ ਇੱਥੇ ਸਟੱਡੀ ਕਰਨ ਦੇ ਲਈ ਆਉਂਦੇ ਨੇ ਅਤੇ ਇੱਕ ਚੰਗਾ ਸਾਧਨ ਹੈ ਬੱਚਿਆਂ ਦੇ ਲਈ ਅਤੇ ਪਿੰਡ ਦੇ ਮਤਲਬ ਕੁੜੀਆਂ ਦੇ ਲਈ ਹੈ ਨਾ ਕਿਤੇ ਬਾਹਰ ਜਾਣ ਦੀ ਲੋੜ ਨਹੀਂ ਤਾਂ ਪਿੰਡ ਦੇ ਵਿੱਚ ਹੀ ਜਿਹੜੀ ਪੜ੍ਹਾਈ ਹੈ ਉਹ ਹੁੰਦੀ ਹੈ ਅਤੇ ਜਿਹੜੀ ਯੂਨੀਵਰਸਿਟੀ ਤੋਂ ਬੈਕ ਸਾਈਡ ਇੱਥੇ ਆ ਗਿਆ ਗਰਾਊਂਡ ਮਤਲਬ ਪਿੰਡ ਦੇ ਜਿਹੜੇ ਬੱਚੇ ਨੇ ਮੁੰਡੇ ਨੇ ਅਤੇ ਕੋਈ ਵਾਲੀਬਾਲ ਖੇਡਦਾ ਕ੍ਰਿਕਟ ਖੇਡਦਾ ਕਬੱਡੀ ਅਤੇ ਇਹ ਗਰਾਊਂਡ ਦੇ ਵਿੱਚ ਹੁੰਦੇ ਨੇ ਸਾਰੇ ਆ ਜਾਓ ਤੁਹਾਨੂੰ ਦਿਖਾਉਂਦੇ ਹਾਂ ਅਤੇ ਮੇਰੇ ਪਿੱਛੇ ਇੱਧਰ ਆ ਗਿਆ ਗਰਾਊਂਡ ਅਤੇ ਜਿਵੇਂ ਕਿ ਆਹ ਦਿਖਾ ਦਿਓ ਇੱਧਰ ਇਹ ਕਬੱਡੀ ਕਬੱਡੀ ਦੇ ਲਈ ਵੀ ਬਣਿਆ ਹੋਇਆ ਗਰਾਊਂਡ ਹੈ ਇੱਥੇ ਕਬੱਡੀ ਖੇਡੀ ਜਾਂਦੀ ਹੈ ਨਾ ਸ਼ਾਮ ਦੇ ਟਾਈਮ ਅਤੇ ਇੱਥੇ ਕ੍ਰਿਕਟ ਵਗੈਰਾ ਵੀ ਹੁੰਦੀ ਹੈ ਟੂਰਨਾਮੈਂਟ ਵੀ ਕਰਵਾਏ ਜਾਂਦੇ ਨੇ ਹੈ ਨਾ ਪਿੰਡ ਦੀ ਪੰਚਾਇਤ ਵੱਲੋਂ ਅਤੇ ਟੂਰਨਾਮੈਂਟ ਵੀ ਹੁੰਦੇ ਨੇ ਕ੍ਰਿਕਟ ਟੂਰਨਾਮੈਂਟ ਕਬੱਡੀ ਟੂਰਨਾਮੈਂਟ ਸਾਰੇ ਟੂਰਨਾਮੈਂਟ ਇੱਥੇ ਕਰਵਾਏ ਜਾਂਦੇ ਨੇ ਅਤੇ ਇੱਕ ਚੰਗੀ ਸਿਹਤ ਦੇਣ ਵਾਲਾ ਜਿਹੜਾ ਇਹ ਗਰਾਊਂਡ ਬਣਾਇਆ ਹੋਇਆ ਬਹੁਤ ਚੰਗੀ ਗੱਲ ਹੈ ਪਿੰਡ ਦੀ ਇਹ ਅਤੇ ਸ਼ਾਮ ਦੇ ਟਾਈਮ ਜਿਹੜੇ ਪਿੰਡ ਦੇ ਬੱਚੇ ਨੇ ਹੈ ਨਾ ਮੁੰਡੇ ਨੇ ਇੱਥੇ ਖੇਡਣ ਆਉਂਦੇ ਨੇ ਕ੍ਰਿਕਟ ਵੀ ਖੇਡਦੇ ਨੇ ਅਤੇ ਕਬੱਡੀ ਵੀ ਖੇਡਦੇ ਨੇ ਅਤੇ ਵਾਧੂ ਇੱਥੇ ਟੂਰਨਾਮੈਂਟ ਜਿਹੜੇ ਕਬੱਡੀ ਵਾਲੇ ਕ੍ਰਿਕਟ ਵਾਲੇ ਟੂਰਨਾਮੈਂਟ ਬਹੁਤ ਜ਼ਿਆਦਾ ਹੋ ਗਏ ਅਤੇ ਸਾਰੀ ਆਲੇ ਦੁਆਲੇ ਇੱਧਰ ਦਿਖਾ ਦਿਓ ਬਾਈ ਬਾਉਂਡਰੀ ਮਾਰੀ ਹੋਈ ਹੈ ਨਾ ਅਤੇ ਪਾਰਕ ਵਾਲਾ ਸਿਸਟਮ ਵੀ ਬਣਿਆ ਹੋਇਆ ਅਤੇ ਇੱਕ ਤਰ੍ਹਾਂ ਦਾ ਗਰਾਊਂਡ ਬਹੁਤ ਵਧੀਆ ਗਰਾਊਂਡ ਬਣਿਆ ਹੋਇਆ ਅਤੇ ਚੰਗੀ ਸਿਹਤ ਦੇ ਨਾਲ ਕੰਮ ਕੀਤਾ ਹੋਇਆ ਅਤੇ ਹੁਣ ਤੁਹਾਨੂੰ ਲੈ ਕੇ ਚੱਲਦਾ ਪਿੰਡ ਦੀ ਕੋਈ ਹੋਰ ਜਗ੍ਹਾ 'ਤੇ ਅਤੇ ਤੁਹਾਨੂੰ ਦਿਖਾਉਂਦੇ ਪਿੰਡ ਦੀ ਕੋਈ ਹੋਰ ਵਧੀਆ ਅਤੇ ਖਾਸ ਜਗ੍ਹਾ ਅਤੇ ਆ ਜਾਓ ਚੱਲਦੇ ਹਾਂ ਵੀਡੀਓ ਪਿੰਡ ਤੱਕ ਜ਼ਰੂਰ ਬਣੇ ਰਹੀ ਹੋ ਕਿਉਂਕਿ ਅੱਜ ਤੁਹਾਨੂੰ ਸਾਰਾ ਪਿੰਡ ਘੁਮਾ ਦੇਣੇ ਆਪਣੇ ਪਿੰਡ ਦੇਹਲਾ ਸਿਆ ਜ਼ਿਲ੍ਹਾ ਸੰਗਰੂਰ ਮੂਣਕ ਅਤੇ ਲਹਿਰੇ ਗਾਗੇ ਦੇ ਵਿਚਾਲੇ ਪੈਂਦਾ ਪਿੰਡ ਇਹ ਅਤੇ ਆ ਜਾਓ ਚੱਲਦੇ ਹਾਂ ਕਿਸੇ ਹੋਰ ਨਵੀਂ ਜਗ੍ਹਾ 'ਤੇ ਹੁਣ ਪਿੰਡ ਦੇ ਆਪਾਂ ਵਿੱਚ ਪਹੁੰਚ ਗਏ ਹਾਂ ਅਤੇ ਮੇਰੇ ਪਿੱਛੇ ਆ ਗਈ ਦਲਵਾਣਾ ਪੱਤੀ ਵਾਲੀ ਥਾਈ ਅਤੇ ਆ ਜਾਓ ਥਾਈ ਵੀ ਦਿਖਾਉਂਦੇ ਹਾਂ ਤੁਹਾਨੂੰ ਖੜੇ ਹਾਂ ਦਲਵਾਣਾ ਪੱਤੀ ਵਾਲੀ ਥਾਈ 'ਚ ਮੇਰੇ ਪਿੱਛੇ ਆ ਥਾਈ ਆ ਗਈ ਹੈ ਨਾ ਅਤੇ ਬਹੁਤ ਪੁਰਾਣੀ ਥਾਈ ਬਣੀ ਹੋਈ ਹੈ ਘੱਟੋ ਘੱਟ 2-3 ਕਮਰੇ ਨੇ ਇੱਥੇ ਕਿਸੇ ਨਾ ਕਿਸੇ ਪ੍ਰੋਗਰਾਮ ਵੇਲੇ ਇੱਥੇ ਜਿਹੜਾ ਪ੍ਰੋਗਰਾਮ ਵੀ ਕਰਾਏ ਜਾਂਦੇ ਨੇ ਹੈ ਨਾ ਇੱਕ ਜਗ੍ਹਾ ਇੰਨੀ ਵਧੀਆ ਹੈ ਜਾਂ ਮੇਰੇ ਇੱਧਰਲੇ ਸਾਹਮਣੇ ਆ ਗਏ 2 ਵਰਨੇ ਆ ਦੇਖੋ ਦਿਖਾ ਦਿਓ ਯਾਰ ਅਤੇ ਆਹ ਪੁਰਾਣੇ ਵੜ ਨੇ ਕਾਫੀ ਇੱਕ ਤਾਂ ਸਾਹਮਣੇ ਆ ਗਿਆ ਅਤੇ ਇੱਕ ਆ ਮੇਰੇ ਸਾਹਮਣੇ ਇੱਧਰਲੀ ਸਾਈਡ ਆ ਗਿਆ ਵੜ ਆ ਗਿਆ 2 ਵੜ ਨੇ ਇੱਥੇ ਅਤੇ
ਹੋਰ ਤੁਹਾਨੂੰ ਦੱਸ ਦਈਏ ਅਤੇ ਇਹਦੇ ਵਿੱਚ ਟੈਂਟ ਨੈੱਟ ਵੀ ਲੱਗਿਆ ਹੋਇਆ ਨਾ, ਸ਼ਾਮ ਦੇ ਟਾਈਮ ਇੱਥੇ ਬੱਚੇ ਵਾਲੀਬਾਲ ਵੀ ਖੇਡਦੇ ਨੇ ਅਤੇ ਗਰਾਊਂਡ ਬਣਿਆ ਇੱਕ ਚੰਗੀ ਤਰ੍ਹਾਂ ਹੈ ਨਾ। ਅਤੇ ਬਾਕੀ ਜਦੋਂ ਕੋਈ ਪ੍ਰੋਗਰਾਮ ਹੁੰਦਾ ਗੁਰੂ ਘਰ ਦਾ ਪ੍ਰੋਗਰਾਮ ਜਿਵੇਂ ਸ਼ਹੀਦੀ ਜੋੜ ਮੇਲਾ, ਜਦੋਂ ਨਗਰ ਕੀਰਤਨ ਨਿਕਲਦਾ ਤਾਂ ਇੱਥੇ ਪ੍ਰੋਗਰਾਮ ਵੀ ਹੁੰਦਾ ਹੈ ਨਾ, ਅਤੇ ਲੰਗਰ ਵਗੈਰਾ ਵੀ ਲੱਗਦੇ ਨੇ ਅਤੇ ਦਲਵਾਣਾ ਪੱਤੀ ਵਾਲੀ ਥਾਈ ਹੈ ਇਹ। ਅਤੇ ਆਪਾਂ ਖੜ੍ਹੇ ਹਾਂ ਦਲਵਾਣਾ ਪੱਤੀ ਵਾਲੀ ਥਾਈ 'ਤੇ, ਇੱਥੇ ਸ਼ੈੱਡ ਵੀ ਬਣਿਆ ਹੋਇਆ ਸਾਹਮਣੇ ਦੇਖੋ ਹੈ ਨਾ, ਜਿੱਥੇ ਕਿ ਬਾਬੇ ਬੁੜੇ ਤਾਸ਼ ਖੇਡਦੇ ਨੇ, ਉਹ ਵੀ ਦਿਖਾਉਂਦੇ ਤੈਨੂੰ ਆ ਜਾਓ। ਆਹ ਦੇਖੋ ਇੱਧਰ ਹਾਂਜੀ, ਇੱਧਰ ਬਾਬੇ ਹੋਰ ਤਾਸ਼ ਵੀ ਖੇਡਣ ਲੱਗ ਰਹੇ, ਸ਼ੈੱਡ ਬਣਿਆ, ਠੰਡ ਹੈ ਗਰਮੀ ਦੇ ਟਾਈਮ। ਆਹ ਦੇਖੋ ਸਾਹਮਣੇ, ਅਤੇ ਇੱਧਰ ਵੀ ਸਾਡੇ ਦਿਖਾ ਦਿਓ, ਅਤੇ ਇੱਧਰ ਪੀਰ ਦੀ ਜਗ੍ਹਾ ਬਣੀ ਹੋਈ ਹੈ ਨਾ, ਲਾਲਾ ਵਾਲਾ ਪੀਰ ਹੈ ਜਿਹੜਾ, ਇੱਥੇ ਵੀ ਲੋਕ ਮੱਥਾ ਮੁੱਥਾ ਟੇਕਣ ਆਉਂਦੇ ਨੇ ਵੀਰਵਾਰ ਦੇ ਦਿਨ, ਇੱਥੇ ਵੀ ਲੋਕਾਂ ਦੀ ਬਹੁਤ ਜ਼ਿਆਦਾ ਸ਼ਰਧਾ ਹੈ ਨਾ। ਬਾਕੀ ਲੋਕ ਇੱਥੇ ਬਾਬੇ ਹੋਰਾਂ ਦੇਖ ਬੈਠੇ ਹੀ ਰਹਿੰਦੇ ਨੇ ਹਰ ਟਾਈਮ ਦੁਪਹਿਰ ਦੇ ਟਾਈਮ, ਦਿਖਾ ਦੇ ਇੱਧਰ ਆ ਬੈਠੇ ਨੇ ਸਾਵੇਂ ਸਾਵੇਂ ਨੇ ਸਾਰੇ। ਪਿੰਡ ਦੇਲਾ ਸੀਆਂ, ਜ਼ਿਲ੍ਹਾ ਸੰਗਰੂਰ ਜਿਹੜਾ ਮੇਰਾ ਪਿੰਡ ਹੈ, ਨਿੱਕਾ ਜਿਹਾ ਪਿੰਡ ਹੈ, 1400 ਪਿੰਡ ਦੀ ਵੋਟ ਹੈ। ਅਤੇ ਪਿੰਡ ਦੇ ਵਿੱਚ ਲਾ ਲਓ ਕਿ 2-3 ਪੱਤੀਆਂ ਨੇ, ਜਿਵੇਂ ਦਲਵਾਣਾ ਪੱਤੀ, ਹਮੀਰਾ ਪੱਤੀ ਹੈ ਨਾ, ਉਹਨਾਂ ਦੀ ਜਿਵੇਂ ਇੱਕ ਦਲਵਾਣਾ ਪੱਤੀ ਵਾਲੀ ਥਾਈ ਤੁਹਾਨੂੰ ਦਿਖਾ ਤੀ ਹੈ ਨਾ, ਇੱਥੇ ਹੀ ਪ੍ਰੋਗਰਾਮ ਜਿਹੜੇ ਅਟੈਂਡ ਕੀਤੇ ਜਾਂਦੇ ਨੇ। ਅਤੇ ਪਿੰਡ ਦੇ ਵਿੱਚੋਂ 3-4 ਜਗ੍ਹਾ ਰਸਤਾ ਲੰਘਦਾ, ਜਾਖਲਾ ਹਰਿਆਣਾ ਬਾਰਡਰ ਕਿਹੜੀ ਸਾਈਡ ਹੈ ਨਾ, ਮੂਨ ਕਪਾਤਨਾ ਲਹਿਰਾ, ਜਿਹੜੇ ਮਰਜ਼ੀ ਵਗ ਜਾ ਪਿੰਡ ਦੇ ਵਿੱਚੋਂ, ਹਰ ਇੱਕ ਪਾਸੇ ਨੂੰ ਰਸਤਾ ਨਿਕਲਦਾ। ਅਤੇ ਬਾਕੀ ਹੋਰ ਤੁਹਾਨੂੰ ਜਗ੍ਹਾ ਦਿਖਾਉਂਦੇ ਪਿੰਡ ਦੀਆਂ, ਅਤੇ ਆ ਜਾਓ ਘੁੰਮਦੇ ਹਾਂ ਪਿੰਡ ਆਪਾਂ। ਅਤੇ ਇੱਧਰ ਮੇਰੇ ਪਿੱਛੇ ਆ ਗਿਆ ਆਰ ਓ, ਪਿੰਡ ਦੇ ਵਿੱਚ ਇੱਕ ਆਰ ਓ ਵੀ ਲੱਗਿਆ ਹੋਇਆ, ਜਿੱਥੇ ਕਿ ਇੱਕ ਬੰਦਾ ਰੱਖਿਆ ਹੋਇਆ ਅਤੇ ਉਹਨੂੰ ਜਿਹੜੀ ਤਨਖਾਹ ਦਿੱਤੀ ਜਾਂਦੀ ਹੈ ਸਰਕਾਰ ਵੱਲੋਂ ਜਾਂ ਕਿਵੇਂ ਹੈ ਨਾ। ਅਤੇ ਇੱਥੇ ਸ਼ਾਮ ਦੇ ਟਾਈਮ, ਸਵੇਰ ਦੇ ਟਾਈਮ ਲੋਕ ਪਾਣੀ ਭਰਨ ਆਉਂਦੇ ਨੇ, ਜਿਨ੍ਹਾਂ ਦੇ ਕਿਸੇ ਦੇ ਆਰ ਓ ਹੈ ਨਹੀਂ, ਤਾਂ ਇੱਥੋਂ ਫਿਲਟਰ ਹੋ ਕੇ ਪਾਣੀ ਆ ਜਿਹੜਾ ਉਹ ਤਾਜ਼ਾ ਪਾਣੀ ਅਤੇ ਸ਼ੁੱਧ ਪਾਣੀ ਇੱਥੋਂ ਲੋਕ ਲੈ ਕੇ ਜਾਂਦੇ ਨੇ। ਅਤੇ ਇੱਕ ਬਹੁਤ ਵਧੀਆ ਜਗ੍ਹਾ ਬਣੀ ਹੋਈ ਹੈ ਇਹ, ਸ਼ੁੱਧ ਪਾਣੀ ਮਿਲਦਾ ਲੋਕਾਂ ਨੂੰ ਅਤੇ ਸਵੇਰੇ ਸ਼ਾਮ ਦੇ ਟਾਈਮ ਇੱਥੋਂ ਲੋਕ ਪਾਣੀ ਲੈ ਕੇ ਜਾਂਦੇ ਨੇ। ਲਓ ਜੀ, ਇੱਕ ਆਪਾਂ ਹੋਰ ਪੁਰਾਣੀ ਜਗ੍ਹਾ 'ਤੇ ਪਹੁੰਚੇ ਹਾਂ, ਮੇਰੇ ਪਿੱਛੇ ਹੈਗਾ ਇੱਕ ਬਹੁਤ ਪੁਰਾਣਾ ਖੂਹ ਪਿੰਡ ਦਾ, ਅਤੇ ਆ ਜਾਓ ਤੁਹਾਨੂੰ ਖੂਹ ਦਿਖਾਉਂਦੇ ਹਾਂ। ਕੀ ਹਾਲ ਹੈ ਸਰ? ਸਰ ਆਹ ਦੇਖੋ ਯਾਰ, ਪੁਰਾਣਾ ਖੂਹ ਹੈ ਇਹ, ਪਰ ਜਿੱਥੋਂ ਤੱਕ ਮੇਰਾ ਸੋਚਣਾ ਹੈ ਵੀ ਇਹਦੇ ਵਿੱਚ ਪਾਣੀ ਬਹੁਤ ਟਾਈਮ ਪਹਿਲਾਂ ਦੇਖਿਆ ਸੀ, ਬਹੁਤ ਪੁਰਾਣਾ ਖੂਹ ਹੈ। ਇਹਦੇ ਵਿੱਚ ਲੋਕ ਪਿੰਡ ਦੇ ਜਿਵੇਂ ਕੂੜਾ ਕਰਕਟ ਹੋ ਗਿਆ, ਕੋਈ ਘਰੋਂ ਸਫਾਈ ਸਫੂਈ ਕਰਦੇ ਅਤੇ ਇਹਦੇ ਵਿੱਚ ਚਿੱਡੇ ਚੀਜ਼ਾਂ ਡੇਗਦੇ ਨੇ ਉਹ, ਹੈ ਨਾ। ਆਹ ਦੇਖੋ ਤੁਹਾਨੂੰ ਦਿਖਾ ਦਿੰਦੇ ਅੱਜ, ਆਹ ਦੇਖੋ ਕਿੰਨਾ ਡੂੰਘਾ ਖੂਹ ਹੈ ਯਾਰ, ਨੀਚੋਂ ਦੇਖੋ ਇਹਦੇ ਵਿੱਚ ਪਾਣੀ ਨਹੀਂ, ਕਾਫੀ ਟਾਈਮ ਦਾ ਬਹੁਤ ਪੁਰਾਣਾ ਖੂਹ ਹੈ। ਅਤੇ ਇੱਕ ਆ ਬੰਦਾ ਖੜਿਆ ਸਾਡੇ ਪਿੰਡ ਦਾ, ਲਵੇ ਆ ਜਾ ਲਵੇ ਲੈ ਕੇ ਆ ਕੈਮਰਾ, ਅਤੇ ਇੱਕ ਸਾਡੇ ਪਿੰਡ ਦਾ ਬੰਦਾ ਖੜਿਆ, ਤੂੰ ਪੁੱਛਦੇ ਐਂ ਕਹਿੰਦਾ ਮੈਨੂੰ ਇੱਕ ਇਹਦੇ ਟੋਬੇ ਇਹਦੇ ਬਾਰੇ ਖੂਹ ਬਾਰੇ ਨਾ ਇੱਕ ਪੁਰਾਣੀ ਜਿਹੀ ਗੱਲ ਪਤਾ, ਉਹ ਪੁੱਛਦੇ ਹਾਂ। ਹਾਂ ਸਰ, ਕੀ ਗੱਲ ਪਤਾ ਤੈਨੂੰ ਅੱਗੇ? ਭਾਈ ਹਾਂ ਠੀਕ ਠਾਕ, ਓਕੇ ਹੈ। ਕੀ ਖਾਸੀਅਤ ਹੈ ਕੋਈ ਪੁਰਾਣੀ ਗੱਲ ਜਿਹੜੀ ਤੂੰ ਕਹਿੰਦਾ ਮੈਂ ਦੱਸੂਗਾ ਤੈਨੂੰ? ਇਹ ਇੱਕ ਵਾਰ ਵਿਹਲਾ ਕਰਾਇਆ ਸੀ। ਅੱਛਾ। ਅਤੇ ਮਜ਼ਦੂਰ ਲਾ ਕੇ ਠੇਕਾ ਦੇ ਕੇ ਇਹਦੇ ਵਿੱਚ ਬਹੁਤ ਸਾਰਾ ਅੜੰਗਾ ਕੱਢਿਆ ਸੀ, ਜਿਹੜਾ ਕੂੜਾ ਵਾਲਾ ਠੇਕ ਰਿਹਾ ਜਾਂ ਕੁਛ। ਅੱਛਾ। ਤਾਂ ਉਹਦੇ ਵਿੱਚ ਇੱਕ ਪੁਰਾਣੇ ਜ਼ਮਾਨੇ ਦਾ ਮਤਲਬ ਇੱਕ ਪਿਸਤੌਲ, ਇੱਕ ਚਾਕੂ, ਅੱਛਾ, ਹਥਿਆਰ ਮਿਲੇ ਦੀ ਇਹਦੇ ਵਿੱਚੋਂ। ਯਾਰ ਆ ਦੇਖੋ ਜਿਹੜਾ ਬਿਲਕੁਲ ਖੂਹ ਦੇ ਵਿੱਚੋਂ ਕਹਿੰਦਾ ਪੁਰਾਣਾ ਹਥਿਆਰ ਜਿਵੇਂ ਪਿਸਤੌਲ ਤੇ ਚਾਕੂ ਮਿਲੇ ਸੀ, ਕੀ ਹੁਣ ਕਿੱਥੇ ਸੀ ਯਾਰ, ਹੈ ਨਾ। ਬਹੁਤ ਪੁਰਾਣਾ ਖੂਹ ਹੈ ਇਹ, ਮੇਰੇ ਜੰਮਣ ਤੋਂ ਪਹਿਲਾਂ ਦਾ ਵੀ ਖੂਹ, ਬਹੁਤ ਪੁਰਾਣਾ ਹੈ। ਠੀਕ ਹੈ, ਉਹਦੀ ਵੀਡੀਓ ਵੀ ਬਣਾ ਕੇ ਪਾਈ ਹੋਈ ਸੀ। ਠੀਕ ਹੈ ਠੀਕ ਹੈ, ਓਕੇ ਜੀ। ਅਤੇ ਬਾਕੀ ਹੁਣ ਚੱਲਦੇ ਹਾਂ ਆਪਾਂ ਕੋਈ ਪਿੰਡ ਦੀ ਹੋਰ ਖਾਸ ਜਗ੍ਹਾ 'ਤੇ, ਦਿਖਾਉਂਦੇ ਤੁਹਾਨੂੰ ਹੈ ਨਾ, ਘੁੰਮਾਉਂਦੇ ਪਿੰਡ ਆ ਜੂ। ਅਤੇ ਪਿੰਡ ਦੇ ਵਿੱਚ ਇੱਕ ਛੱਪੜ ਵੀ ਹੈ ਜਿੱਥੇ ਕਿ ਲੋਕ ਮੱਝਾਂ ਮੁੱਝਾਂ ਨਵਾਉਂਦੇ ਨੇ, ਆਹ ਦੇਖੋ ਮੇਰੇ ਪਿੱਛੇ। ਅਤੇ ਇਹਦੇ ਵਿੱਚ ਮੱਛੀਆਂ ਵੀ ਛੱਡੀਆਂ ਹਨ ਅਤੇ ਲੋਕ ਇੱਥੇ ਆ ਕੇ ਠੇਕਾ ਲੈਂਦੇ ਨੇ, ਮੱਛੀਆਂ ਛੱਡਦੇ ਨੇ, ਵੱਡੀਆਂ ਕਰਦੇ ਨੇ ਅਤੇ ਕੱਢ ਕੇ ਲੈ ਜਾਂਦੇ ਨੇ। ਅਤੇ ਉਹ ਸਾਹਮਣੇ ਦੇਖੋ ਯਾਰ, ਹੈ ਨਾ, ਉਹ ਮਤਲਬ ਝੂੰਬੀ ਜੀ ਲਾਈ ਹੋਈ ਹੈ ਇੱਕ, ਅਤੇ ਉਹ 'ਤੇ ਰਹਿੰਦੇ ਨੇ ਲੋਕ, ਅਤੇ
ਜਿਹੜਾ ਠੇਕਾ ਲਿਆ ਹੋਇਆ ਤਾਂ ਟੋਬੇ ਦਾ ਨਾ ਮੱਛੀਆਂ ਛੱਡਦੇ ਨੇ ਅਤੇ ਮੱਛੀਆਂ ਕੱਢ ਕੇ ਲੈ ਕੇ ਜਾਂਦੇ ਨੇ। ਬਹੁਤ ਪੁਰਾਣਾ ਟੋਬਾ ਹੈ, ਇਹਦੇ ਵਿੱਚੋਂ ਮੈਨੂੰ ਲੱਗਦਾ 3 ਟੋਬੇ ਬਣੇ ਹੋਏ ਨੇ, ਇੱਕ ਪਰਲੀ ਸਾਈਡ, ਉਹ 'ਚ ਮਾੜਾ ਜਿਹਾ ਪਾਣੀ ਸਾਫ਼ ਨਹੀਂ ਹੈਗਾ, ਇਹਦੇ ਵਿੱਚ ਪਾਣੀ ਸਾਫ਼ ਹੈ ਥੋੜ੍ਹਾ ਜਿਹਾ। ਅਤੇ ਬਾਕੀ ਆ ਜਾਓ ਚੱਲਦੇ ਹਾਂ ਕੋਈ ਹੋਰ ਜਗ੍ਹਾ। ਅਤੇ ਹੁਣ ਆਪਾਂ ਪਿੰਡ ਦੇ ਵਿੱਚ ਆ ਗਏ, ਪਿੰਡ ਦੇ ਵਿੱਚ ਹੈਗਾ ਹਨੂੰਮਾਨ ਮੰਦਿਰ ਵੀ ਬਣਿਆ ਹੋਇਆ, ਅੱਜ ਦਿਖਾ ਦਈਏ ਤੁਹਾਨੂੰ। ਇੱਥੇ ਹਨੂੰਮਾਨ ਮੰਦਿਰ ਵੀ ਬਣਿਆ ਹੋਇਆ, ਲੋਕ ਇਹਦੀ ਵੀ ਪੂਜਾ ਕਰਦੇ ਨੇ, ਮੰਨਤ ਕਰਦੇ ਨੇ, ਹੈ ਨਾ, ਲੋਕ ਮੰਨਦੇ ਨੇ ਇਹਨੂੰ ਵੀ। ਆਹ ਦੇਖੋ ਪਿੰਡ 'ਚੋਂ ਬਾਹਰ ਨਿਕਲਦੇ ਸਾਰ, ਜਦੋਂ ਪਿੰਡ 'ਚੋਂ ਬਾਹਰ ਨਿਕਲਦੇ ਤਾਂ ਇੱਧਰਲੀ ਸਾਈਡ ਸੜਕ 'ਤੇ ਆ ਜਾਂਦਾ ਸਰਕਾਰੀ ਮਿਡਲ ਸਕੂਲ, ਜੋ ਕਿ ਬਾਬਾ ਜੀ ਦੇ ਨਾਮ 'ਤੇ ਬਣਿਆ, ਜਥੇਦਾਰ ਅਕਾਲੀ ਫੂਲਾ ਸਿੰਘ ਜੀ ਸਰਕਾਰੀ ਮਿਡਲ ਪ੍ਰਾਇਮਰੀ ਸਕੂਲ। ਇੱਥੇ ਪਿੰਡ ਦੇ ਬੱਚੇ ਵੀ ਪੜ੍ਹਨ ਆਉਂਦੇ ਨੇ, ਅਤੇ 8ਵੀਂ ਤੱਕ ਦਾ ਸਕੂਲ ਬਣਿਆ ਹੋਇਆ ਇਹ, ਅਤੇ ਪਿੰਡ ਦੇ ਉਹ ਬਾਹਰੋਂ ਜਿਹੜੇ ਲਵੇ ਲਵੇ ਪਿੰਡ ਨੇ, ਅਤੇ ਉੱਥੋਂ ਦੇ ਬੱਚੇ ਵੀ ਇੱਥੇ ਪੜ੍ਹਨ ਲਈ ਆਉਂਦੇ ਨੇ, ਅਤੇ ਇੱਕ ਬਹੁਤ ਵਧੀਆ ਸਕੂਲ ਹੈ ਇਹ ਅਤੇ ਬੱਚਿਆਂ ਲਈ। ਕਿਵੇਂ ਲੱਗੀ ਜੀ ਵੀਡੀਓ? ਜੇ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਕਰਿਓ ਸਬਸਕ੍ਰਾਈਬ, ਲਾਈਕ, ਕਮੈਂਟ ਅਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ। ਥੈਂਕ ਯੂ।